ਕੀਤਾ ਤਾਂ ਨਹੀਂ ਬੁਲਾ ਰਿਹਾ ਜਿੱਦਾਂ ਤੜਪਦਾ ਸੀ ਮੈਂ ਜਿੱਦਾਂ ਰੋਣਾ ਸੀ 7 ਸਾਲ ਧੱਕੇ ਨਾਲ ਤੂੰ ਮੇਰੇ ਨਾਲ ਵਿਆਹ ਕਰਾਇਆ ਕੌਣ ਵੀਰੇ ਤੁਸੀਂ ਮੀਡੀਆ ਤੋਂ ਫੋਨ ਕੀਤਾ ਕਿਹਨੇ ਕੀਤਾ ਸੀ ਬਾਈ ਸੁਸ਼ੀਲ ਮਚਾਨ ਨੂੰ ਫੋਨ ਕੀਤਾ ਕਿਹਨੇ ਨਿੱਕੀ ਚੱਕਰ ਦੀ ਸੁਸ਼ੀਲ ਮਚਾਨ ਰਣਜੀਤ ਸਿੰਘ ਵੀ ਕੀ ਗੱਲਬਾਤ ਹੋਈ ਆ ਕਿਉਂ ਆ ਵੀ ਕਰਨਾ ਇਹਨਾਂ ਨੇ ਆਪਣਾ ਆਪ ਜੱਗ ਚਾਰ ਕੇ ਨਹੀਂ ਅੱਗੇ ਉਹ ਸਾਰੇ ਪਿੱਛੇ ਬਹਿ ਗਏ ਉਹ ਇੱਦਾਂ ਹੀ ਰਹੇ ਸਭ ਹਾਂਜੀ ਕੀ ਨਾਮ ਹੈ ਸਾਹਮਣੇ ਦੇਖੋ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੈ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨਾਲ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਗਏ ਆ ਮੇਰੇ ਕੋਲ ਸਾਰੇ ਪਰੂਫ ਨੇ ਮੀਡੀਆ ਵਾਲੇ ਆਏ ਸੀਗੇ 2-3 ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਏ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੌਕੇ 'ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਲ ਕੋਈ ਪਰੂਫ ਆ ਨਾ ਕੋਈ ਕੁਛ ਹੈ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪਰੂਫ ਹੈ ਕੁੜੀ ਤੋਂ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਠਾਣਾ ਜੀ ਜੋਧੇਵਾਲ ਬਸਤੀ ਦਾ ਮਸਲਾ ਜੀ ਸਾਲ ਹੋ ਗਿਆ ਤੁਹਾਡੇ ਮੈਰਿਜ ਹੋਏ ਨੂੰ ਕੋਈ ਪਹਿਲਾਂ ਵੀ ਇਦਾਂ ਕੋਈ ਜਗ੍ਹਾ ਪਹਿਲਾਂ ਜੀ 2 ਵਾਰੀ ਇਹ ਮਤਲਬ ਘਰੇ ਇਹਨੇ ਕਲੇਸ਼ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀਗੀ ਜੀ ਇਹਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣ ਦਿਓ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਹੈ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜ੍ਹੀ ਗਲਤ ਹੋ ਸਕਦੇ ਭਾਜੀ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਹੈ ਉਸ ਤੋਂ ਬਾਅਦ ਕਰਦੇ ਕਰਾਉਂਦਿਆਂ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਹੈ ਜੀ ਹੁਣ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬਣਦੀ ਕਾਰਵਾਈ ਮੁੰਡੇ 'ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਜ਼ ਹੈਗੀਆਂ ਨੇ ਵੀਡੀਓਜ਼ ਹੈਗੀਆਂ ਨੇ ਉਹ 'ਤੇ ਬਣਦੀ ਕਾਰਵਾਈ ਕੀਤੀ ਜਾਵੇ
ਠੀਕ ਹੈ, ਤਾਂ ਜੋ ਕੁੜੀ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ, ਮੈਨੂੰ ਇਨਸਾਫ ਮਿਲੇ, ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਬੰਨ ਕੇ ਬੇਨਤੀ ਕਰਦਾ ਜੀ। ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਹੈ ਜੀ, ਮੈਂ ਕਾਕੇ ਦਾ ਫਾਦਰ ਹਾਂ ਜੀ। ਇਹ ਕਾਕੇ ਦੇ ਨਾਲ ਚਲੋ ਹੋਇਆ ਤਾਂ ਜ਼ੁਲਮ ਹੀ ਆ, ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ, ਇਹ ਰੁਕੇ ਨੀਗੇ। ਬਾਕੀ ਦੂਜੀ ਗੱਲ ਇਹ ਹੈਗੀ ਆ, ਉਹ ਦੋ ਵਾਰੀ ਪਹਿਲਾਂ ਹੀ ਮੈਂ ਸੀਗਾ ਬਾਹਰ, ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ, ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫਿਰ ਤੁਸੀਂ ਆਉਂਗੇ। ਤਾਂ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਤੇ ਕਹਿੰਦੀ ਵੀ ਮੈਂ ਤੇਰਾ ਗਲ ਘੁੱਟ ਕੇ ਤੈਨੂੰ ਮਾਰ ਦਊਂਗੀ। ਤਾਂ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਬੁਲਾਈ, ਦੁਬਾਰਾ ਮੇਰੇ ਆਏ 'ਤੇ ਵੀ ਬੁਲਾਈ, ਅਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ 'ਤੇ ਥੱਪੜ ਮਾਰੂੰ। ਇਹਦੇ ਮੁੰਡੇ ਕੋਲੋਂ ਮੋਬਾਇਲ ਖੁੰਦੀ ਸੀਗੀ, ਇਹਦੇ ਕੋਲੋਂ ਮੈਂ ਮੋਬਾਇਲ ਲੈ ਲਿਆ, ਆਹ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂੰ। ਫਿਰ ਉਹਦਾ ਨਾ ਮੰਮੀ ਨਾ ਡੈਡੀ ਕੋਈ ਨਹੀਂ ਆਇਆ, ਸਾਡੇ ਗੁਆਂਢੀਆਂ ਨੂੰ ਕਹਿੰਦੀ ਵੀ ਤੁਸੀਂ ਇਹਨਾਂ ਦੇ ਗੁਆਂਢੀਆਂ ਤਾਂ ਇਹਦੀ ਹੈਲਪ ਕਰਦੇ ਆ, ਪੁਲਿਸ ਵਾਲਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆ। ਨਵੀਂ ਘਟਨਾ ਕੀ ਹੋਈ? ਹਾਂ, ਨਵੀਂ ਘਟਨਾ ਇਹ ਹੋਈ ਆ, ਉਹ ਜਿਹੜਾ ਹੋਸਪਿਟਲ ਦੂਜਾ ਆ ਹੋਟਲ, ਉਹਦੇ ਵਿੱਚ ਕਿਸੇ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ, ਤਾਂ ਮੈਨੂੰ ਫਿਰ ਇਹਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ। ਜਿਹੜੇ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਭਾਅ ਜੀ ਆਓ ਇੱਥੇ ਆ ਕੇ, ਮੈਂ ਕਿਹਾ ਕੁੜੀ ਤੁਹਾਡੀ ਇੱਦਾਂ ਇੱਦਾਂ ਕਰਕੇ ਫੜੀ ਹੋਆ, ਕਹਿੰਦਾ ਮੈਂ ਆਉਣਾ। ਜਦ ਨੂੰ ਉਹ ਆਇਆ ਨਹੀਂ, ਆ ਕੇ ਮੈਨੂੰ ਕਹਿੰਦਾ ਮੈਂ ਆਉਣਾ, ਮੈਂ 10 ਵਾਰੀ ਫੋਨ ਕੀਤੇ ਹੋਣੇ ਆ। ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ, ਮੈਨੂੰ ਕਹਿੰਦਾ ਕੋਈ ਨਹੀਂ ਭਾਅ ਜੀ, ਜੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਵੀ ਆਪਾਂ ਇੱਦਾਂ ਕਰਦੇ ਹਾਂ ਵੀ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ, ਫੈਸਲਾ ਕਰ ਲਵਾਂਗੇ। ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲਿਆ, ਦੋ ਦਿਨ ਲੈਣ ਦੇ ਨਾਲ ਇਹਨਾਂ ਨੇ ਵਿੱਚ ਇਹ ਪਾਤਾ ਵਿੱਚ ਆਪਣੀ ਡਿਮਾਂਡ ਰੱਖ ਦਿੱਤੀ ਵੀ ਉਹਦਾ ਤਾਂ ਛੁਟਕਾਰਾ ਹੋਣਾ ਨਹੀਂ, ਇਹਨਾਂ ਨੂੰ ਆਪਾਂ ਪੈਸੇ ਪਾਉਂਦੇ ਹਾਂ। ਅੱਛਾ, ਆਪਾਂ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛੁਟਕਾਰਾ ਕਰਾਇਆ ਜਾਵੇ, ਬਸ ਇਹੀ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਹੈ, ਪਰਮਾਤਮਾ ਮਿਹਰ ਕਰੇ, ਬਸ ਵਾਹਿਗੁਰੂ ਇਹਦੇ ਕੋਲੋਂ ਨਵੇੜਾ ਕਰਾ ਦੇਵੇ ਬਸ ਸਾਡਾ। ਮੇਰਾ ਨਾਮ ਰਣਜੀਤ ਸਿੰਘ ਹੈ ਜੀ, ਇਹ ਮੇਰੇ ਬ੍ਰਦਰ ਦੇ ਸਾਲੇ ਸਾਹਿਬ ਨੇ, ਜੋ ਕਿ ਇਹਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ। ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ, ਤਾਂ ਕਲੇਸ਼ ਪੈਂਦਾ ਰਿਹਾ। ਕੁੜੀ ਵੱਧ ਤੋਂ ਵੱਧ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰ ਸਹੁਰੇ ਪਰਿਵਾਰ 'ਚ, ਤਾਂ ਬਹੁਤ ਹਰਾਸਮੈਂਟ ਕਰਦੀ ਸੀ। ਇਹਦੇ ਮਦਰ ਬੈਠੇ ਆ, ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਘਰ ਇਕੱਲੇ ਨਾ ਛੱਡ ਕੇ ਜਾਓ, ਮੈਨੂੰ ਇਹਦੇ ਤੋਂ ਖਤਰਾ ਵਾ। ਆਪਣੇ ਸਹੁਰੇ ਵਿੱਚ ਸਿਰਫ 1 ਮਹੀਨਾ ਰਹਿ ਕੇ ਆਪਣੇ ਸਰ ਪੇਕੇ ਪਰਿਵਾਰ ਲਈ ਉਹਨਾਂ ਵੱਲੋਂ ਕੋਈ ਪੁੱਛ ਗਿੱਛ ਨਹੀਂ ਕਿ ਇਹ ਕੁੜੀ ਵਸਾਉਣੀ ਹੋਵੇ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ, ਪਰ ਉਦੋਂ ਕੋਈ ਉਹਨਾਂ ਨੇ ਇਹੋ ਜਿਹੀ ਗੱਲ ਨਹੀਂ ਕੀਤੀ। ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁੱਕਰਵਾਰ ਕਿ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ, ਅਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ, ਉਹ ਪੁਲਿਸ ਵਾਲੇ ਆਏ ਆ, ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਭੇਜਤਾ, ਉਹਦੇ ਫਾਦਰ ਸਾਹਿਬ ਆਏ ਆ, ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ। ਅਸੀਂ ਕਿਹਾ ਚਲੋ ਘਰ ਦੀ ਇੱਜ਼ਤ ਘਰ 'ਚ ਰਹੇ, ਇੱਥੇ ਖਤਮ ਕਰ ਦਈਏ, ਜੋ ਵੀ ਬਹਿ ਬੂ ਕੇ ਗੱਲ ਹੋ ਜਾਵੇ ਆਪਾਂ ਨੂੰ ਹਾਈਲਾਈਟ ਨਾ ਕਰੀਏ। ਪਰ ਉਹ ਆਏ ਨੇ, ਅਸੀਂ ਬੈਠੇ ਹਾਂ, ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ। ਇੱਕ ਤਾਂ ਗਲਤੀ ਕੀਤੀ, ਇੰਨਾ ਵੱਡਾ ਕੰਮ ਕੀਤਾ ਕੁੜੀ ਨੇ, ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ, ਉੱਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਹੈ, ਇਹ ਬਹੁਤ ਹੀ ਗਲਤ ਗੱਲ ਹੈ। ਅਸੀਂ ਇਹੀ ਚਾਹੁੰਦੇ ਹਾਂ ਕਿ ਉਸ ਕੁੜੀ ਤੋਂ ਇਹਦਾ ਛੁਟਕਾਰਾ ਮਿਲ ਜਾਵੇ, ਅਤੇ ਸਾਨੂੰ ਜੋ ਵੀ ਬਣਦੀ ਕਾਰਵਾਈ ਕਰ ਉਹਦੇ 'ਤੇ ਕੀਤੀ ਜਾਵੇ, ਅਤੇ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਓਰ ਹੋ ਸਕੇ। ਠੀਕ ਹੈ।